ਸਰਕਾਰੀ ਹਸਪਤਾਲ ਦੇ ਨੇੜਿਓਂ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ। ਪਰਿਵਾਰ ਦੇ ਵੱਲੋਂ ਇਸ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਸੀ, ਪਰ ਕਿਹਾ ਜਾ ਰਿਹਾ ਹੈ ਕਿ ਹੁਣ ਇਸ ਵਿਅਕਤੀ ਦੀ ਲਾਸ਼ ਜੋ ਹੈ ਉਹ ਸਰਕਾਰੀ ਹਸਪਤਾਲ ਦੇ ਨੇੜੇ ਵਾਲੀ ਬਿਲਡਿੰਗ 'ਚੋਂ ਮਿਲੀ ਹੈ। ਜਾਣਕਾਰੀ ਅਨੁਸਾਰ ਇਹ ਵਿਅਕਤੀ ਜਦੋਂ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਇਸ ਨੂੰ ਕੋਈ ਆਪਣੇ ਨਾਲ ਲੈ ਗਿਆ। ਪਹਿਲਾਂ ਤਾਂ ਇਸ ਨੂੰ ਫੋਨ ਮਿਲਾਉਂਦੇ ਰਹੇ ਘਰ ਦੇ, ਪਰ ਇਸ ਦੇ ਵੱਲੋਂ ਫੋਨ ਨਹੀਂ ਚੱਕਿਆ ਗਿਆ। ਹਾਲਾਂਕਿ ਬਾਅਦ ਦੇ ਵਿੱਚ ਪਰਿਵਾਰਕ ਮੈਂਬਰਾਂ ਨੂੰ ਇੱਕ ਫੋਨ ਆਉਂਦਾ ਹੈ ਕਿ ਉਹਨਾਂ ਦਾ ਜੋ ਪੁੱਤ ਹੈ ਉਹ ਸਰਕਾਰੀ ਹਸਪਤਾਲ ਦੇ ਨੇੜੇ ਹੈ। ਤਾਂ ਦੱਸ ਦਈਏ ਕਿ ਉਸ ਤੋਂ ਬਾਅਦ ਜਦੋਂ ਪਰਿਵਾਰ ਦੇ ਵੱਲੋਂ ਆਲੇ ਦੁਆਲੇ ਜਾ ਕੇ ਤਲਾਸ਼ੀ ਲਈ ਜਾਂਦੀ ਹੈ ਤਾਂ ਸਰਕਾਰੀ ਹਸਪਤਾਲ ਦੀ ਜੋ ਦਵਾਈਆਂ ਵਾਲੀ ਡਿਸਪੈਂਸਰੀ ਹੈ ਉਸ ਦੇ ਨਾਲ ਲੱਗਦੀ ਇੱਕ ਇਮਾਰਤ ਦੇ ਵਿੱਚੋਂ ਇਸ ਨੌਜਵਾਨ ਦੀ ਲਾਸ਼ ਮਿਲਦੀ ਹੈ ਤੇ ਇਸ ਦੀ ਉਮਰ ਕਰੀਬ 40 ਸਾਲ ਦੱਸੀ ਜਾ ਰਹੀ ਹੈ ਤੇ ਪਰਿਵਾਰ ਦੇ ਵੱਲੋਂ ਹੁਣ ਕਤਲ ਦੇ ਇਲਜ਼ਾਮ ਜੋ ਨੇ ਇਸ ਦੇ ਨਾਲ ਦੇ ਹੀ ਇੱਕ ਵਿਅਕਤੀ ਦੇ ਉੱਤੇ ਲਗਾਏ ਜਾ ਰਹੇ ਨੇ ਜੋ ਕਿ ਇਸ ਨੂੰ ਆਪਣੇ ਨਾਲ ਲੈ ਕੇ ਗਿਆ ਸੀ। ਫਿਲਹਾਲ ਹੁਣ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਹੈ ਤੇ ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਵੀ ਕਹਿਣਾ ਹੈ ਕਿ ਇਸ ਨੌਜਵਾਨ ਦੇ ਮੂੰਹ ਦੇ ਉੱਤੇ ਕਾਫੀ ਸੱਟਾਂ ਦੇ ਨਿਸ਼ਾਨ ਨੇ। ਹਾਲਾਂਕਿ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਇਸ ਦੀ ਮੌਤ ਹੋਈ ਕਿਵੇਂ ਹੈ। ਤਾਂ ਨਾਭਾ ਤੋਂ ਇਹ ਮਾਮਲਾ ਸਾਹਮਣੇ ਆਇਆ। ਸਰਕਾਰੀ ਹਸਪਤਾਲ ਦੇ ਨੇੜੇ ਵਾਲੀ ਬਿਲਡਿੰਗ ਦੇ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ ਜਿਸ ਦੇ ਕਾਰਨ ਇਲਾਕੇ ਦੇ ਵਿੱਚ ਵੀ ਸਨਸਨੀ ਫੈਲ ਗਈ ਹੈ। ਇਹ ਨਾ ਜੀ ਕਿਸੇ ਨੇ ਕੁੱਟ ਕੇ ਘੜੀਸ ਕੇ ਲੈ ਕੇ ਗਏ ਨੇ ਉੱਪਰ ਜੀ। ਮੇਰਾ ਬੇਟਾ ਜੀ ਜ਼ੋਰਾਵਰ ਸਿੰਘ ਜੀ ਸੈਂਟੀ 40 ਸਾਲ ਦੀ ਜੀ। ਇਹ ਲਾਸ਼ ਇੱਥੇ ਜੀ ਦਵਾਈਆਂ ਮਿਲਦੀਆਂ ਨੇ ਹੋਸਪਿਟਲ ਦੇ ਵਿੱਚ, ਉਹਦੇ ਨਾਲ ਇੱਕ ਪੁਰਾਣੀ ਬਿਲਡਿੰਗ ਹੈ ਜੀ ਉਹਦੇ ਉੱਪਰੋਂ ਮਿਲੀ ਹੈ ਜੀ। ਇਹ ਮਾਰਿਆ ਜੀ ਕਿਸੇ ਨੇ, ਮੂੰਹ 'ਚੋਂ ਖੂਨ ਨਿਕਲ ਰਿਹਾ ਜੀ, ਮੂੰਹ ਸੁੱਜੇ, ਬਾਹਾਂ ਸਿੱਲੀਆਂ ਪਈਆਂ ਨੇ ਸਾਰੀਆਂ ਜੀ। ਅੱਛਾ ਹਾਂਜੀ, ਢਿੱਡ ਫੁੱਲਿਆ ਪਿਆ ਜੀ। ਹਾਂਜੀ ਘਰੇ ਕਿੰਨੀ ਦੇਰ ਦਾ ਗਿਆ ਹੈ? ਘਰੇ ਰਾਤ ਦਾ ਗਿਆ ਨਹੀਂ ਜੀ, ਇਹ ਕੱਲ 4-5 ਵਜੇ ਦਾ, 4 ਵਜੇ ਦਾ ਵਕਤ ਆ ਜੀ। ਅੱਛਾ ਜੀ, ਫੋਨ ਨਹੀਂ ਚੱਕਿਆ ਜੀ ਉਦੋਂ ਬਾਅਦ ਜੀ। ਅੱਛਾ ਹਾਂਜੀ, ਘਰੋਂ ਕੱਲ ਦਾ ਗਿਆ ਹੈ? ਘਰੋਂ ਕੱਲ 3 ਵਜੇ ਦਾ ਗਿਆ ਹੈ ਜੀ। ਤੇ ਵਿਆਹ ਹੋਇਆ ਜੀ? ਹਾਂਜੀ, 2 ਬੱਚੇ ਇਹਦੇ ਜੀ। ਅੱਛਾ, ਸ਼ੱਕ ਜਿਹੜਾ ਬੰਦਾ ਲੈ ਕੇ ਗਿਆ ਜੀ ਉਹਦੇ ਸ਼ੱਕ ਆ ਜੀ। ਕੌਣ ਲੈ ਕੇ ਗਿਆ? ਇੱਕ ਮੁੰਡਾ ਲੈ ਕੇ ਗਿਆ ਜੀ। ਅੱਛਾ ਜੀ, ਹਾਂਜੀ, ਬਲਕਿ ਉਸ ਤੋਂ ਬਾਅਦ ਜਦੋਂ ਉਹਦੇ ਨਾਲ ਗਿਆ ਉਸ ਤੋਂ ਬਾਅਦ ਘਰੇ ਨਹੀਂ ਉਹਨੂੰ ਪੁੱਛਿਆ ਵੀ ਸਾਨੇ, ਉਹਨੇ ਦੱਸਿਆ ਨਹੀਂ ਸਾਨੂੰ ਜੀ, ਹੁਣ ਦੱਸਿਆ ਉਹਨੇ ਜੀ ਰਾਤ ਨੂੰ। ਹੁਣ ਆਪੇ ਫੋਨ ਕਰਕੇ ਦੱਸਿਆ ਵੀ ਉੱਥੇ ਦੇਖ ਲਓ ਜੀ। ਅੱਛਾ, ਜਗ੍ਹਾ ਉਹਨੇ ਦੱਸੀ ਆ? ਉਹਨੇ ਜਗ੍ਹਾ ਦੱਸੀ ਆ ਸਾਨੂੰ। ਕੀ ਮੰਗ ਕੀ ਕਰਦੇ ਹੋ? ਮੰਗ ਅਸੀਂ ਇਨਸਾਫ ਪਾਣੇ, ਜਿਹਨਾਂ ਨੇ ਇਹ ਕੁੱਟਿਆ ਜੀ ਮਾਰਿਆ ਜੀ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਜੀ। ਮੈਂ ਇਹਨਾਂ ਨੇ ਫੋਨ ਕੀਤਾ ਜੀ, ਦੱਸਿਆ ਵੀ ਡੈਡ ਬੋਡੀ ਮਿਲੀ ਹੈ ਇੱਥੇ, ਇਹਨੂੰ ਮੌਕੇ 'ਤੇ ਆਏ ਆ, ਪੜਤਾਲ ਕਰ ਰਹੇ ਹਾਂ ਮੌਕੇ 'ਤੇ। ਬਾਕੀ ਇਹਨਾਂ ਦੇ ਬਿਆਨ ਲੈ ਕੇ ਜੇ ਹੈਗੇ ਬਣਦੀ ਕਾਰਵਾਈ ਦੋਸ਼ੀਆਂ ਦੇ ਖਿਲਾਫ਼ ਕੀਤੀ ਜਾਊਗੀ ਅਤੇ ਉਹਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰਕੇ ਕਾਰਵਾਈ ਮੱਚ ਜਾਂਦੀ ਜਾਊਗੀ। ਅਤੇ ਇਹ ਪਟਿਆਲੇ ਮੁੰਡਾ ਰਹਿੰਦਾ ਸੀ, ਇਹਨਾਂ ਦੱਸਣ ਮੁਤਾਬਕ ਪਟਿਆਲੇ ਤੋਂ ਆ ਰਿਹਾ ਸੀ ਇਹਨਾਂ ਨੂੰ ਮਿਲਣ, ਔਰ ਪਟਿਆਲਾ ਨਾਭੇ ਦਾ ਪਹੁੰਚਿਆ ਨਹੀਂ ਹੈਗਾ ਉਹ, ਰੋਟੀ ਪੁਲਾ ਕੇ ਕਹਿੰਦੇ ਨੇ ਵੀ ਇੱਥੋਂ ਗਾਇਬ ਹੋ ਗਿਆ। ਰੋਟੀ ਸੀਸੀ ਟੀਵੀ ਵਗੈਰਾ ਕਢਾਈ ਇਹਨਾਂ ਨੇ ਵੀ ਉੱਥੋਂ ਜਿਹੜਾ ਹੈਗਾ ਕੋਈ ਮੁੰਡਾ ਉਹਨੂੰ ਬਿਠਾ ਕੇ ਲੈ ਗਿਆ, ਨਾਭੇ ਪਹੁੰਚਣਾ ਉਹਦਾ ਨਹੀਂ ਪਾਇਆ ਗਿਆ। ਹਾਂ, ਲੱਗਦਾ ਸੱਟਾਂ ਦੇ ਨਿਸ਼ਾਨ ਨੇ ਜੀ, ਕੁੱਟਮਾਰ ਕੀਤੀ ਲੱਗਦੀ ਹੈ।